मोहम्मदी सिटी सेंटर फतेहगढ़ एजेंसी रोड वेलपुरा सियालकोट राबता मोहम्मद अली 03006133713 मोहम्मद उस्मान 03006171415 गल कोई नहीं मैं आपे ही हिसाब ला लिया जे इमाम हुसैन दे कासिद असल मुस्लिम बिन अकील नूं छड़ के नसण वाले कौन सन ਪ੍ਰਾਹੁਣੇ ਨੂੰ ਸਦਕੇ ਤੇ ਛੱਡ ਕੇ ਨਸਦੇ ਕੂਫੀ ਨੇ ਅੱਜ ਮੈਂ ਵੇਖਣਾ ਕਿਹੜਾ ਕਿਹੜਾ ਕੂਫੀ ਹੈ ਤੇ ਕਿਹੜਾ ਕਿਹੜਾ ਵਫਾਦਾਰ ਅਲਹਮਦੁਲਿਲਾਹ ਵਕਫਾ ਇਕੋ ਕਟਾਓ ਵਸਲਾਮੁਨ ਅਲਾ ਇਬਾਦਿਹਿਲ ਲਜ਼ੀਨ ਅਸਤਫਾ أما بعد فأعوذ بالله السميع العليم من الشيطان الرجيم بولو مارو اجازت مہمانا اجازت مقامی کو جائے گا تو کوفی ہوئے گا إنما يريد الله ليذهب عنكم الرجس أهل البيت ويطهركم تطهيرا معزز سمعين حضرات ایک جملہ ساڑھے ہندو پاک اندر بڑا گردش کردہ ہے ਉਹ ਜੁਮਲਾ ਹੈ ਪੰਜ ਤਨ ਪਾਕ ਬਲਕਿ ਬਾਜ਼ ਅਹਬਾਬ ਐਡੀ ਸ਼ਿੱਦਤ ਦੇ ਨਾਲ ਇਸ ਜੁਮਲੇ ਦੀ ਪਹਿਰੇਦਾਰੀ ਕਰਦੇ ਨੇ ਜਿਹਦਾ ਪੰਜ ਤਨ ਨਾਲ ਪਿਆਰ ਨਹੀਂ ਉਹਦੇ ਕਲਮੇ ਦਾ ਏਤਬਾਰ ਨਹੀਂ ਥੋੜ੍ਹੇ ਜਿਹੇ ਵਕਤ ਦੇ ਅੰਦਰ ਅਸੀਂ ਕਿਤਾਬੋ ਸੁਨਤ ਦੀ ਰੋਸ਼ਨੀ 'ਚ ਪਰਖਨੇ ਕਿਆ ਇਹ ਜੁਮਲਾ ਸ਼ਰੀ ਹੈਸੀਅਤ ਰੱਖਦਾ ਇਹਦੀ ਹੈਸੀਅਤ ਕੀ ਹੈ ਹਜ਼ਰਾਤ ਮੈਂ ਆਗਾਜ਼ ਅੰਦਰ ਅਰਜ਼ ਕਰਾਂ ਇਹ ਜੁਮਲਾ ਕੁਰਾਨ ਓ ਸੁਨਤ ਦਾ ਇਨਸਾਨ ਨੂੰ ਮੁਨਕਿਰ ਬਣਾਉਂਦਾ ਦਲਾਇਲ ਸੁਨਨਾ ਅਹਲੇ ਬੈਤ ਸਭ ਤੋਂ ਪਹਿਲੇ ਸੁਨਨਾ ਪੰਜ ਤਨ ਪਾਕ ਲਫਜ਼ ਏ ਪੰਜਾਬੀ ਦਾ ਯਾਨੀ ਪੰਜ ਤਨ ਪਾਕ ਕਿਹੜਾ ਲਫਜ਼ ਹੈ ਤਨ ਪਾਕ ਅਰਬੀ ਜ਼ਬਾਨ ਦੇ ਅੰਦਰ ਜਿਹੜੇ ਜਿਹੜੇ ਨਬੀ ਪਾਕ ਦੇ ਅਹਲੇ ਬੈਤ ਅੰਦਰ ਸ਼ਾਮਿਲ ਹੋ ਗਏ ਉਹ ਨੇ ਤਨ ਪਾਕ ਜਿਨ੍ਹਾਂ ਨੂੰ ਨਿਮਤ ਮਿਲ ਗਈ ਨਿਮਤ ਏ ਤਤਹੀਰ ਇੱਕ ਤਰਫੋਂ ਆ ਗਈ ਆਵਾਜ਼ ਪੰਜ ਤਨ ਪਾਕ ਦੂਸਰੀ ਤਰਫੋਂ ਆਵਾਜ਼ ਆਈ ਨਹੀਂ ਸਾਰੇ ਸਿਹਾਬਾ ਦੇ ਤਨ ਪਾਕ ਜੁਮਲੇ ਦੋਵੇਂ ਗੈਰ ਸ਼ਰੀ ਅਗਰ ਕੋ ਕਵੇ ਸਾਰੇ ਸਿਹਾਬਾ ਦੇ ਤਨ ਪਾਕ ਜੁਮਲਾ ਇਹ ਵੀ ਦਰੁਸਤ ਨਹੀਂ ਅਗਰ ਕੋ ਕਵੇ ਸਿਰਫ ਪੰਜ ਤਨ ਪਾਕ ਜੁਮਲਾ ਇਹ ਵੀ ਦਰੁਸਤ ਨਹੀਂ ਨਬੀ ਪਾਕ ਦੇ ਅਹਲੇ ਬੈਤ ਹੀ ਤਨ ਪਾਕ ਨੇ ਸਿਹਾਬਾ ਮੁਕੱਦਸ ਹਸਤੀਆਂ ਨੇ ਮੁਬਾਰਕ ਹਸਤੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਤਨ ਪਾਕ ਵਾਲੀ ਨਿਮਤ ਅੱਲਾ ਨੇ ਸਿਰਫ ਨਬੀ ਪਾਕ ਦੇ ਅਹਲੇ ਬੈਤ ਨੂੰ ਬਖਸ਼ੀ ਹੁਣ ਅਹਲੇ ਬੈਤ ਹੈ ਕੌਣ ਤਨ ਪਾਕ ਹੈ ਕੌਣ ਤੁਸੀਂ ਗਿਣਤੀ ਕਰਨੀ ਹੈ ਮੈਂ ਕਰਵਾਉਣੀ ਹੈ ਜਿਸ ਤਰ੍ਹਾਂ ਤੁਸੀਂ ਸੁਣਨਾ ਅੱਲਾ ਤੁਹਾਨੂੰ ਬਰਕਤ ਦੇ ਇਸ ਤਰ੍ਹਾਂ ਤੁਸੀਂ ਮੁਹੱਬਤ ਨਾਲ ਅੱਗੇ ਲੋਕਾਂ ਤੱਕ ਪੈਗਾਮ ਪਹੁੰਚਾਓ ਮਸਲਾ ਅਕੀਦੇ ਦਾ ਤਾਂ ਕਿ ਲੋਕਾਂ ਦੀ ਇਸਲਾਹ ਹੋਵੇ ਸੁਣੀਏ ਸਭ ਤੋਂ ਪਹਿਲਾਂ ਤਨ ਪਾਕ ਅੱਲਾ ਪਾਕ ਫਰਮਾਉਂਦੇ ਨੇ ਇੰਨਾ ਫਤਹਨਾ ਲਕਾ ਫਤਹਮ ਮੁਬੀਨਾ ਲਿਯਗ ਫਿਰ ਲਕੱਲਾਹੁ ਮਾ ਤਕੱਦਮ ਮਿਨ ਜ਼ੰਬਿਕਾ ਵ ਮਾ ਤਅੱਖਰ ਵਯੁਤਿਮ ਨਿਅਮਤਹੂ ਅਲੈਕਾ ਵਯਹਦਿਯਕਾ ਸਿਰਾਤਮ ਮੁਸਤਕੀਮਾ
ਸੁਣਿਆ ਤੁਹਾਡੀ ਇਲਾਨ ਨਬੂਵਤ ਤੋਂ ਪਹਿਲੀ ਜ਼ਿੰਦਗੀ ਤੇ ਬਾਅਦ ਵਾਲੀ ਅਸਾਂ ਇਹਦੇ ਤੋਂ ਹਰ ਕਿਸਮ ਦੇ ਆਬਾਂ ਨੂੰ ਦੂਰ ਕਰਕੇ ਤੁਹਾਨੂੰ ਪਾਕ ਬਣਾ ਦਿੱਤਾ ਹੈ ਮੇਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਤਨ ਪਾਕ ਦੀ ਨਿਮਤ ਮਿਲੀ ਹੁਣ ਅੱਗੇ ਚਲੀਏ 22ਵਾਂ ਪਾਰਾ ਯਾ ਨਿਸਾ ਅਨਬੀ ਲਸਤੁਨਕਾ ਅਹਦਿਮ ਮਿਨਨ ਨਿਸਾ ਇਨਿਤਕੈਤੁਨ ਫਲਾ ਤਖਜ਼ਅਨ ਬਿਲ ਕੌਲ ਫਯਤਮਅ ਅਲਜ਼ੀ ਫੀ ਕਲਬਿਹਿ ਮਰਜ਼ੁਨ ਵਕੁਲਨ ਕੌਲਮ ਮਅਰੂਫਾ ਪਾ ਸਪੀਕਰ ਵਾਲਿਆਂ ਦਾ ਭੋਰਾ ਕੋ ਆਵਾਜ਼ ਹੀ ਵਧਾ ਦੇ ਯਾਰ ਤੇਰਾ ਭਲਾ ਹੋਵੇ ਦੂਆਂ ਜਾਨਾਂ ਚ ਬਾਤਰਾ ਤਵੱਜੋ ਫਰਮਾਉਂਦੇ ਨਾ ਅਜੇ ਕੁਰਾਨ ਪਾਕ ਦੇ ਲਫਜ਼ਾਂ ਤੇ ਫਰਮਾਇਆ ਮੇਰੇ ਪੈਗੰਬਰ ਦੀਓ ਬੀਵੀਓ ਤੁਸੀਂ ਆਮ ਔਰਤਾਂ ਜੈਸੀਆਂ ਨਹੀਂ ਫਰਮਾਇਆ ਤੁਸੀਂ ਆਮ ਔਰਤਾਂ ਜੈਸੀਆਂ ਨਹੀਂ ਆਮ ਔਰਤਾਂ ਜੈਸੀਆਂ ਅਗਰ ਤੁਸੀਂ ਤਕਵਾ ਇਖਤਿਆਰ ਕਰੋ ਐ ਬਾਈ ਹੁਣ ਗੌਰ ਕਰਨਾ ਇਨਿਤਾ ਕਈ ਤੁਨਾ ਇਨਰ ਫੇ ਸ਼ਰਤ ਇਨਰ ਫੇ ਔਰ ਸ਼ਰਤ ਅੱਲਾ ਕਿਨੂੰ ਲਾ ਰਿਹਾ ਮੁਖਾਤਿਬ ਕੌਣ ਅਜ਼ਵਾਜੇ ਪੈਗੰਬਰ ਅੱਲਾ ਪਾਕ ਨੇ ਨਬੀ ਪਾਕ ਅਲੈਹਿਸਲਾਮ ਦੀਆਂ ਬੀਵੀਆਂ ਨੂੰ ਸ਼ਰਤ ਲਾਈ ਫਰਮਾਇਆ ਜੇ ਤੁਸੀਂ ਤਕਵਾ ਇਖਤਿਆਰ ਕਰੋਗੀਆਂ ਤੇ ਤਕਵੇ ਦੇ ਮੁਤਾਲਬੇ ਕੀ ਨੇ ਅੱਲਾ ਉਹ ਵੀ ਦੱਸਣ ਲੱਗਾ ਯਾ ਅੱਲਾ ਜੇ ਤਬੀ ਪਾਕ ਦੀਆਂ ਬੀਵੀਆਂ ਸ਼ਰਤ ਪੂਰੀ ਕਰਨ ਫਿਰ ਮਿਲੇਗਾ ਕੀ ਹੁਣ ਮੈਂ ਤੁਹਾਨੂੰ ਕਹਾਂ ਗਿੱਲਾਂ ਵਾਲੇ 'ਚ ਬਹਿ ਕੇ ਦੀਨ ਸੁਣਨ ਵਾਲੇ ਹੋ ਜੇ ਤੁਸੀਂ ਸੁਭਾਨ ਅੱਲਾ ਕਹੋ ਇਹ ਹੁਣ ਜੇ ਪੰਜਾਬੀ ਦਾ ਹਰਫੇ ਸ਼ਰਤ ਉਰਦੂ ਦਾ ਹਰਫੇ ਸ਼ਰਤ ਅਗਰ ਅਰਬੀ ਦਾ ਇਨ ਜੇ ਤੁਸੀਂ ਸੁਭਾਨ ਅੱਲਾ ਕਹੋ ਫਿਰ ਮੈਂ ਫਿਰ ਚੁੱਪ ਹੋ ਜਾਂ ਮੈਂ ਕੋਈ ਗੱਲ ਹੀ ਨਹੀਂ ਕਰ ਤੁਸੀਂ ਕਹੋਗੇ ਲੈ ਆਹ ਬੰਦਾ ਚੰਗਾ ਹੈ ਉਹ ਅੱਲਾ ਦਾ ਬੰਦਾ ਸਾਨੂੰ ਸ਼ਰਤ ਲਾਈ ਆ ਜੇ ਅਸੀਂ ਸੁਭਾਨ ਅੱਲਾ ਕਹੀਏ ਫਿਰ ਮਿਲੇਗਾ ਕੀ ਕਿਉਂ ਬਈ ਜਜ਼ਾ ਹੋਣੀ ਚਾਹੀਦੀ ਹੈ ਨਾ ਜਿੱਥੇ ਸ਼ਰਤ ਆਵੇ ਜਜ਼ਾ ਵੀ ਲਾਜ਼ਮੀ ਹੁਣ ਜਿਹਦੇ ਤੇ ਸ਼ਰਤ ਲੱਗੇ ਜਜ਼ਾ ਵੀ ਉਹਨੂੰ ਹੁਣ ਮੈਂ ਕਹਾਂ ਜੇ ਤੁਸੀਂ ਸੁਭਾਨ ਅੱਲਾ ਕਹੋ ਤੇ ਸਵਾਬ ਸਿਆਲਕੋਟੀਆਂ ਨੂੰ ਮਿਲੇਗਾ ਕਿਉਂ ਵੀ ਇਹ ਗੱਲ ਬਣਦੀ ਹੈ ਨਹੀਂ ਕਿਉਂ ਜਿਹਨੇ ਸ਼ਰਤ ਪੂਰੀ ਕਰਨੀ ਜਜ਼ਾ ਵੀ ਉਹਨੂੰ ਲਓ ਆ ਜੇ ਅਸੂਲ ਦੀ ਗੱਲ ਅੱਲਾ ਪਾਕ ਫਰਮਾਉਂਦੇ ਨੇ ਮੇਰੇ ਪੈਗੰਬਰ ਦੀਓ ਬੀਵੀਓ ਅਗਰ ਤੁਸੀਂ ਤਕਵੇ ਦੀ ਸ਼ਰਤ ਪੂਰੀ ਕਰੋਗੀਆਂ ਤੇ ਤਕਵੇ ਦੇ ਤਕਾਂ ਦੇ ਮੁਤਾਲਬੇ ਕੀ ਨੇ ਪਹਿਲਾ ਮੁਤਾਲਬਾ ਕੀ ਹੈ ਫਰਮਾਇਆ ਪਹਿਲਾ ਮੁਤਾਲਬਾ ਫਲਾ ਤਖਜ਼ਅਨ ਬਿਲ ਕੌਲ ਫਯਤਮਅ ਅਲਜ਼ੀ ਫੀ ਕਲਬਿਹਿ ਮਰਜ਼ੁਨ ਪਹਿਲਾ ਮੁਤਾਲਬਾ ਇਹ ਵੇ ਤੁਸਾਂ ਆਪਣੀ ਆਵਾਜ਼ ਦੇ ਅੰਦਰ ਲਚਕ ਪੈਦਾ ਨਹੀਂ ਕਰਨੀ ਹੈ ਹੁਣ ਲਚਕ ਕਿਵੇਂ ਪੈਦਾ ਹੁੰਦੀ ਹੈ ਔਰਤ ਦੀ ਆਵਾਜ਼ ਦੇ ਅੰਦਰ ਇੱਥੇ ਮੁਖਾਤਬ ਤੇ ਪੈਗੰਬਰ ਦੀਆਂ ਬੀਵੀਆਂ ਨੇ ਲੇਕਿਨ ਖੇਤਾਂ ਪੂਰੀ ਉਮਤ ਦੀਆਂ ਔਰਤਾਂ ਨੂੰ ਹੈ ਔਰਤੋ ਆਪਣੀ ਆਵਾਜ਼ ਅੰਦਰ ਜਦੋਂ ਗੈਰ ਮਾਰਮ ਨਾਲ ਤੁਹਾਡੀ ਆਵਾਜ਼ ਗੱਲਬਾਤ ਹੋਵੇ ਜਾਂ ਗੈਰ ਮਾਰਮ ਤੱਕ ਜਾਵੇ ਤੇ ਤੁਸੀਂ ਆਪਣੀ ਆਵਾਜ਼ ਵਿੱਚ ਲਚਕ ਪੈਦਾ ਨਹੀਂ ਕਰਨੀ ਔਰਤ ਦੀ ਆਵਾਜ਼ ਵਿੱਚ ਲਚਕ ਪੈਦਾ ਕਦੋਂ ਹੁੰਦੀ ਹੈ ਜਦੋਂ ਨਖਰੇ ਨਾਲ ਬੋਲੇ ਜਦੋਂ ਰਾਗ ਲਾਵੇ ਮਸਲਨ ਫੋਨ ਆ ਗਿਆ ਮੋਬਾਈਲ ਤੇ ਪਿੜ ਚੱਲ ਹੈਲੋ ਐ ਲਚਕ ਹੈ ਔਰ ਇਹ ਔਰਤ ਨੂੰ ਆਵਾਜ਼ ਗੈਰ ਮਰਦ ਦੇ ਸਾਹਮਣੇ ਕੱਢਣੀ ਹਰਾਮ ਹੈ ਲਚਕ ਹੈ ਲਚਕ ਯਾ ਅੱਲਾ ਜੇ ਔਰਤ ਨੇ ਲਚਕਦਾਰ ਆਵਾਜ਼ ਨਾਲ ਕਾਨ ਸੁਣੀ ਫਿਰ ਫਰਮਾਇਆ ਫਯਤਮਅ ਅਲਜ਼ੀ ਫੀ ਕਲਬਿਹਿ ਮਰਜ਼ੁਨ ਜਿਹੜੇ ਮੁੰਡੇ ਦੇ ਜਿਹੜੇ ਬੁੱਢੇ ਦੇ ਜਿਹੜੇ ਜਵਾਨ ਦੇ ਦਿਲ ਅੰਦਰ ਇਸ਼ਕ ਦੀ ਮਰਜ਼ ਹੈ ਜਦੋਂ ਲਚਕਦਾਰ ਆਵਾਜ਼ ਸੁਣੇ ਹਾਏ ਇੱਥੋਂ ਆਵਾਜ਼ ਆਈ ਆ ਏਡੀ ਮਿੱਠੀ ਆਵਾਜ਼ ਹੁਣ ਉਹ ਮੈਸੇਜ ਘੱਲਣੇ ਸ਼ੁਰੂ ਕਰੇਗਾ ਬਾਰ ਬਾਰ ਕਾਲਾਂ ਕਰੇਗਾ ਬੀਬੀ ਤੰਗ ਆ ਕੇ ਮੋਬਾਈਲ ਬੰਦ ਕੀਤਾ ਉਹਨੇ ਮੈਸੇਜ 'ਤੇ ਮੈਸੇਜ ਠੋਕੀ ਆਉਂਦਾ ਜੋ ਹੀ ਉਹ ਬਾਰ ਬਾਰ ਟਰਾਈ ਕਰਦਾ ਚਲੋ ਟਰਾਈ ਸੀ ਬਾਰ ਬਾਰ ਟਰਾਈ ਕਰ ਰਿਹਾ ਕੁਰਾਨ ਕਹਿੰਦਾ ਤਿੰਨ ਸਜ਼ਾ ਮਿਲੇਗੀ ਕਿਉਂ ਫਯਤਮਅ ਅਲਜ਼ੀ ਫੀ ਕਲਬਿਹਿ ਮਰਜ਼ੁਨ ਜਿਹਦੇ ਦਿਲ ਇਸ਼ਕ ਦੀ ਬਿਮਾਰੀ ਹੈ ਅਗਰ ਉਹਦੇ ਕੰਨਾਂ 'ਚ ਤੇਰੀ ਲਚਕਦਾਰ ਆਵਾਜ਼ ਪੈ ਗਈ ਉਹਨੇ ਤੈਨੂੰ ਛੱਡਣਾ ਨਹੀਂ ਜ਼ਲੀਲ ਕਰੇਗਾ ਤੈਨੂੰ
या अल्लाह फिर फरमा तू लचकदार आवाज कट दी ना, या अल्लाह फिर बेस्ती करके हाथ फड़ा दे वे ला पा के, फरमा नहीं वकुल न कौलम गल भी करनी है ते अच्छे अंदाज नाल गर्न करनी है, या अल्लाह किवें अच्छा अंदाज दे, फरमाया लचकदार आवाज नाल नहीं बल्कि मोबाइल ते फोन आया पीडीसीएल ते आया, अस्सलाम वालेकुम जी कौन जी मैं फलां बोल रहा हाँ जी साहब कारी साहब नमाजी साहब करने कर कोई नहीं दो घंटे तक आएंगे तुसी दोबारा कॉल कर लेना अस्सलाम वालेकुम, सादी आवाज नखरा नहीं लचक नहीं। मेरी उपमाओ भैनों अगर मेरी आवाज तुहाडे तक पहुंच रही है तो सबक लवो मैं कुरान चो गल कर रहा और इत्थे चलदियां गल करदियां कई मेरिया मुबल्लिगात अहले हदीस या गैर अहले हदीस तकरीर कर रही है मुबल्लिगा राग ला के तरन्नम नाल सुरीली आवाज नाल अगे त्री त्री मोबाइल रिकॉर्ड होण डए ने, तेनू शर्म नहीं आउण डई एड़े मोबाइल रिकॉर्ड हो रहे ने, तेरा की ख्याल है ना बच्चिया ने जाके घर नहीं सुनानी, तेरा हक बनता है खबरदार किसी ने मेरी आवाज रिकॉर्ड की मोबाइल बंद करा फिर तकरीर कर। कई मुबलगा बड़िया खुश होंदिया ने मेरी तकरीर रिकॉर्ड होके गई, मैंने एक बंदे का फोन आया उन्हें कहा बाजी कमाल कर छड़िए तू तो मौल भी पिछा सुट छे, मैं ये भी खबर एक जगह पर मिली है खुदा का खौफ खा कुरान की कहता है फला तखदाना बिलकुल की सुनाना ही है लोगों दीन आप बेदीन हुई है तेरी बात का की असर होएगा, फयातमा फला तखदाना बिलकुल दूसरा मुतालबा व करना फी बोयूते कुन बहुता टाइम अपने घर रहना ही मते सारे पिंड दी फुफी बनी है चाची बनी है कि जिन्हें सौदा लैन जाना फुफी चली तेरा आ चल मैं कपड़ा लेना फलाना मेरा कपड़े का भरा बनया ही तेरी मेहरबानी जेडे तेरे भरा है ना वही बड़े ने तू तो इन्हें ना पूरे शहर नू भरा ना बना फलाना जुतियां ला मेरा भतीजा बने आई चल ले आदे आ बहुता टाइम बाजारा च नहीं तेरी इज्जत चार दीवारी च वकर नफी बयूते कुन जे कुरान ते असामल नहीं करना कुरान आया किदे वाले मेरी ओ माओ भैनो अगर मेरा अंदाज सख्त होवे मैं माजरत करना तुहाडे तो लेकिन गल्ला कुरान दियां जे अल्लाह पाक फरमांदे ने वा करना फी बयूते कुन जेड़ी बीबी बहुती गलियां वे फिरेगी ओदी इज्जत नहीं जेड़ी कदी कदाई निकले इज्जत ही इज्जत चार दीवारी च इज्जत। हां जरूरत नो करो निकल ही पै जांदा है इस्लाम जैसा मुअद्दल मजहब खुदा दी कसम तुहानू पूरी दुनिया तो नहीं मिलेगा, इस्लाम कदी किसी के उत्ते सख्ती नहीं करता जिथे सख्ती की लोड़ है उत्थे भी कौम का फायदा होएगा। कुरान कहता जे जरूरत ना निकलना पै गया निकल मस्जिद नमाज पढ़न जाना ही जा कुछ सौदा लैन जाना ही जा लेकिन निकलना किस तरह वला तबर्रज न तबर्रुजल जाहिलियत अलूला अल्लाह पाक फरमांदे ने करो निकलना जाहिलियत दे जाहिलियत दी जीनत दे नाल नहीं निकलना जली जाहिलियत दे बनाओ संगार नाल नहीं निकलना करो निकलना ते किस तरह अल्लाह पाक दे सोने पैगंबर फरमांदे ने कई औरतां ऐसियां आण गियां अजे आईयां नहीं आण गियां उहनां ले बास पाया होएगा लेकिन बले बास पान दे बावजूद नंगिया होने दे तीन तर्जमे कर लीए मौजूदा दौर के मुताबिक बाल कमीज पाई है हाफ बाजू क्योंकि बाजू जड़ा ना औरत दा सतर है पर्दा है लेकिन इन्हें कमीज पाई है हाफ बाजू हुण कपड़ा पान दे बावजूद नंगी नबी पाक दी हदीस दा तर्जमा नंबर दूसरा तर्जमा कपड़ा एडा बारीक के जिसम नजर आ रहा लिबास पान दे बावजूद नंगी तीसरा तर्जमा
कपड़ा एडा सूट ने सिलाया एडा तंग है, एडा तंग सूट ने पाया के दे जिस्म दे आपे जाहिर हुंदे ने सीना जाहिर है, हिप्स जाहिर ने जिस्म दे आपे जाहिर हुंदे ने। हजरात एडा तंग लिबास पाया पान दे बावजूद नंगियां, मेरे पैगंबर फरमांदे ने ऐसियां औरतां जन्नत दी खुशबू नहीं पाणगियां बल्कि सिधियां दोजख दे अंदर। जड़ी बीबी तंग लिबास पाके बाहर निकलेगी, जड़ी बीबी बरीक लिबास पाके बाहर निकलेगी, जड़ी हाफ बाजू पाके बाहर गैर मर्दां दे कोलों गुजरेगी। मेरे पैगंबर दे फरमान दे मुताबिक जन्नत दी खुशबू भी नहीं दोजख। निकलना जहलीयत दा बनाओ संगार नहीं, चादर लै लो बड़ी, कुरान ने कहा ना बड़ी ते मोटी चादर, ते चादर नू किस तरह लेना है, घुट के नहीं, जे घुट के चादर ने आजा जाहिर हो गए ये तो बेहयाई है। खुली चादर लै, बुरका पाने कोई अर्ज नहीं, लेकिन बुरके दा गौन खुला तंग ना होवे। अल्लाहु अकबर। अल्लाह पाक फरमा देने वाला तबर्रज न तबर्रुज अल जाहिलियत अल उला, जाहिलियत दे बनाओ संगार दे नाल नहीं। मेरे पैगंबर फरमा देने जो बाजार वे जाना ते औरतां दा रस्ता केड़ा है, गली दा किनारा किनारा, मर्दां दा रस्ता केड़ा है, गली दा सेंटर सेंटर, औरतां किनारे चलन। अजकल तो अल्लाह रहम करे शरीफ बंदा कि बाजार बड़े लंघना ही मुश्किल हो जाता है, सेंटर मल्या होता है बीबियां, औरतों का रस्ता किनारा, मर्दों का सेंटर। तो अल्लाह पाक फरमा देने वाला तबर्रज न तबर्रुज अल जाहिलियत अल उला, वाके मन सला व आती न जका व आतिन अल्लाह व रसूला। अल्लाह पाक इरशाद फरमा देने के अल्लाह तो दे पै फरमाया नमाजा नु कायम करे आ जे, अपने मालां दी जकात दे आ जे, अल्लाह तो दे पैगंबर दी इताअत करे आ जे। ऐ मेरे पैगंबर दियो बीवियो, चूंके मुखातब पैगंबर दियां बीवियां ने फरमाया जदों तुसियां शर्तां पूरियां करोगियां, ऐ तकवे दी शर्त पूरी करोगियां, अल्लाह फिर जज़ा की देवेगा। फरमाया इन्नमा युरीदुल्लाहु लियुज़हिबा अन्कुम रिज्सा अहलल बैत व युतख़िरकुम तत्हीरा। ऐ नबी दियो बीवियो, अल्लाह तुहानू जदाए देवेगा, अल्लाह तुहानू ऐ नबी दिया ले बैत, अल्लाह तुहानू नेमत तत्हीर दे देवेगा, हर किस्म दे अबानू तुहाडे तो दूर करके तुहाडे तन पाक बना देवेगा। हुण बातरा तवज्जो फरमा दे डाया दे, हुण कुरान पाक दे अंदाज ते तरतीब दे नाल इत्थे शर्त भी पैगंबर दियां बीवियां नू लाई, जज़ा भी पैगंबर दियां बीवियां नू मिली के मेरे पैगंबर दियो बीवियो तुसी मेरे नबी दी अहले बैत हो, रब्बुल आलमीन ने तुहानू नेमत तत्हीर दे दीती जिन्हों तन पाक कहिंदे ने। हुण मेरे पैगंबर दियां बीवियां लौंडियां तो अलावा बीवियां 11 ने, हुण मेरे पैगंबर दियां 11 बीवियां नबी दी अहले बैत ने, जेड़ा नबी दी अहले बैत है ओदा तन पाक है। हुण 11 बीवियां दे तन पाक, एक मेरे नबी दा तन पाक, 11 ते 12, हुण तू अगर 5 तन पाक कवे एदा मतलब है तू कुरान पाक दी आयत दा इनकार कीता है। अगर 5 तन पाक कवेगा सूरत अहज़ाब दियां दोनों आयतां दा इनकार करेगा, सिर्फ 5 तन पाक नहीं बल्कि 12 तन पाक। इत्थे गल नहीं मुकी, हुण मैं मुसनदा मदी मैं तेजी 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 इंशाल्लाह तेज गाम चलाती बस दो चार वाले पेश करके हजरत मौलाना मुहम्मद यूसुफ पसरूई साहब हाफिज़हुल्लाह उन्हों का मुफस्सल खिताब होना है। मैं तो तालिब इल्म हाँ, इतने मौलाना कफ़ैतुल्ला शाकिर साहब हाफिज़हुल्लाह की मेहरबानी उन्होंने पसरूई साहब रोक के रखे है।
اللہ اکبر اللہ لو بات را توجہ فرما دے نا اجے بات لو جی پسرو صاحب دی مہربانی جڑے رکے رہے نے بات را توجہ فرمایا جے مسند احمد دے اندر موجود ہے نبی پاک صلی اللہ علیہ وسلم حضرت ام سلمہ دے گھر آپ دیواری تے رات گزاری میرے نبی نے ام سلمہ دے گھر صبح دن چڑھیا تے نبی پاک فجر دی نماز پڑھ کے آئے آپ بستر تے بیٹھے نے تے حضرت فاطمہ پتھر دی ہانڈی وے اپنے ابو دا ناشتہ لے کے آئیاں بیٹا ہانڈی ایتھے رکھ دے حضرت علی نو بولا کے لے آ بولا کے لے آندے اگے اگے سنو حسین پیچھے علی تے فاطمہ نبی پاک علیہ السلام نے انہاں دوواں شہزادیاں نو اپنی راناں تے بٹھایا تے سجے علی تے کھبے فاطمہ میرے پیغمبر نے چادر بستر دی اس طرح کھچ کے انہاں دے اُتے اوڑی اے میرے پیغمبر کہندے نے اللہم ہاؤلاء اہل بیتی فذہب عنہم الرجس وطہرہم تطہیرا اے میرے اللہ آبی میرے اہل بیت نہیں آ ہی نہیں آبی اللہ آبی میرے اہل بیت نہیں اللہ انہاں تو ہر قسم دیاں لغویات نو دور کر کے انہاں نو مثالی طور تے پاک کر دے ام سلمہ نے کہ اللہ دے رسول کہا میں تہاڈی اہل بیت نہیں فرمایا انک علی خیر تو تے بہتر اہل بیت ہے لیکن اے وی میرے اہل بیت نے ہن میرے پیغمبر نہ چوں ہستیاں واسطے دعا کیتی ہے دعا اللہ انہاں میرے آلے بیت وے شامل کر کے انہاں تن پاک والی نعمت دے دے ہن کچھ دن گزرے میرے پیغمبر نے حضرت حسن حسین نو گودی چکیا علی فاطمہ انہاں چواں تے کالی چادر اوڑی میرے نبی نے ایت پڑھی انما یرید اللہ لیذھب عنکم الرجس اہل البیت ویطہرکم تطہیرا ایت پڑھ کے ثابت کیتا جڑی میں دعا کیتی ہے اللہ نے قبول کر لئیے اللہ نے نہ چوں ہستیاں نو میرے اہل بیت وچ شامل کر دیتا ہے جڑا جڑا آل بیت وچ آ گیا تن پا کے ہن 11 تن پہلا 12 تن تساں پہلا گنے 4 تن اور شامل کر لو اور صرف 5 تن پاک نہیں 16 تن پاک نے اگر پینتر پاک کمے گا ایسا حدیث تا بھی منکر ہوئے گا اگے چلیو ہن میں سنن ترمذی پڑھ لگا نبی پاک صلی اللہ علیہ وسلم ارشاد فرما دے نے میرے پیغمبر نے بنو مخزوم قبیلے دے بندے نو بھیجیا آپ فرما دے نے فلاں فلاں قبیلے تو زکات دا مال کٹھا کر کے لے کے آ اے ٹریا رستے اندر انک بندہ مل گیا اس بندے دا نام ہے ابو رافے اور نام اسلم تے کنیت ابو رافے اے نبی پاک دا آزاد کردہ غلام آزاد کردہ غلام اور عربی وچ آزاد کردہ غلام نو کہندے نے مولا لوکاں نے تے مولا دا اکو معنی رکھیا نا مددگار مولا علی علی مددگار مولا علی مشکل کشا علی مولا دے بڑے معنی بڑے معنی بڑے من تے نارے نبی پاک نے حضرت علی نو بطور خبر کیا سی من کن تو مولا فہذا مولا جس کا میں ہم درد دوست اس کا علی دوست نبی پاک نے نام نہیں رکھیا حضرت علی دا مولا نبی پاک نے حضرت علی دا لقب نہیں رکھیا مولا بلکہ خبر نبی پاک دی اس حدیث تو بعد کوئی بندہ ایک دلیل پیش کرے نبی پاک دے سارے صحابہ اور اہل بیت حضرت علی دی اولاد چوں کدی کسے نے حضرت علی مولا علی کیا ہوئے یہ آج لوگوں نے 15ویں صدی پتا لگا مولا علی مولا علی مولا علی اور سنیے میرے بھائیو سنیے جیڑے لفظ لوگ استعمال غلط مانج کرن قرآن کے اندر لفظ چھڑ دیو کتھے لکھے ہے یا ایوہ الذین آمنوا لا تقولوا رائنا وقولوا انظرنا رائنا ادا کی مطلب ہے میرے وال پورے دھیان نال ویکھو تہاڈی میر رائنا دا میں منع کرن ہے تہاڈی مہربانی میرا خاص لحاظ رکھیا جی میرے وال ویکھیا جی اے وے رائنا رائنا یا رسول اللہ صحابہ تے مخلص طور کر کہن لیکن کئیاں منافقاں کہنا شروع کیتا رائنا او ہمارے چرواہے اللہ نو پتہ لگ گیا
اس لفظ دا استعمال منافق غلط کر رہے نے. اللہ پاک فرماندے نے لا تقولوا راینا وقولوا انظرنا. فرمایا تساں میرے پیغمبر نو راینا نہیں کہنا کیونکہ لفظ دا استعمال منافقاں نے غلط کیتا ہے. تسی راینا دی بجائے انظرنا کہہ لیا جے. اس واسطے مولا علی پہلی گل ہے کہ مولا لفظ حضرت علی دا نام نہیں ہے, انہاں دا لقب نہیں ہے. لیکن ہن دوسری بات اے وے لوکاں نے مولا علی دا مانا مشکل کشا علی مددگار علی اے لفظ دا استعمال غلط مانیا کیتا ہے. کوئی بندہ تواڈے چوئی تو بعد حضرت علی نو مولا علی نہ کہے. مولا علی نہیں کہنا, مولا علی نہیں کہنا, کیونکہ مولا علی نام نہیں لقب نہیں, اے خبر ہے خبر. زمنر بات آئی کہ تفصیل پھر کسی عرض کراں گا لفظ مولا تے. اج جڑی میں گل کرنا چاہنا میرے پیغمبر دے آزاد کردہ غلام, آزاد کردہ غلام نو کہندے نے مولا. حضرات تن بات تے توجہ کر دے ڈایا دے. حضرت ابو رافعہ نو مخزومی کہندا چل میرے نال زکات دا مال کٹھا کر کے لے آئیے, جڑا حصہ مینو ملے گا تینو دے دیاں گا. تے قرآن کہندا ول عاملین علیہا, جڑا زکات دا مال کٹھا کر کے لے آئے اونوں مزدوری زکات دے پیسیاں چو دیو. تے کہندا آ میرے نال, وہ کہنے لگا میں نہیں جانا, پہلے میں نبی پاک نو پوچھ لاں کیونکہ میں انہاں دا مولا ہاں. نبی پاک کول گئے, حضور میں جاواں اے گل ہے. آپ نے فرمایا نہیں, جڑا کسے قوم دا مولا ہوندا اس قوم دا فرد ہوندا, تو ساڈا فرد ہے, ساڈے تے صدقہ حرام ہے, تیرے تے حرام ہے, تو نہیں جانا. یعنی نبی پاک نے گل کہہ کے ثابت کیتا کہ میرے جن آزاد کردہ غلام نے او میرے آل بیت دے فرد نے. ہن نبی پاک دے آزاد کردہ غلام کنے نے؟ ترئی. میرے مطالعے دے مطابق ترئی نے. ہن ترئی آل بیت شامل ہوئے. جڑا جڑا لے بیت وچ آیا انما یرید اللہ لیدخبا انکم الرجس اہل البیت ویتخرکم تطہیرا. جڑا جڑا نبی پاک دے آلے بیت وچ آیا تن پا کے. ہن 16 تن تساں پہلا گنے نے. ہن قرآن تو سن, ترمذی حدیث دے مطابق میرے پیغمبر دے ترئی آزاد کردہ غلام, میرے پیغمبر دے ترئی مولا, اے وی نبی پاک دے آلے بیت نے. جڑا آلے بیت وچ آیا تن پاک دی نعمت نہ نوازیا گیا. ہن پہلے تساں 16 گنے, 16 دے 23 شامل کر لو. صرف 5 تن پاک نہیں بلکہ 39 تن پاک نے. ایتھے گل نہیں مکی. سن نبی داؤد دے وچ آندا اے, نبی پاک فرماندے نے قیامت تو پہلے پہلے ایک بندہ آئے گا, او دا نام میرے نام تے ہوئے گا, تے او دے ابو دا نام میرے ابو دے نام تے ہوئے گا, او دا لقب ہوئے گا مادی. فرمایا میرے آل بیت چوں ہوئے گا, فاطمہ دی لڑی چوں ہوئے گا. انہیں ہونا تے قیامت دے قریب امام مادی نے وے. لیکن نبی پاک نے آل بیت وے شامل کر لیا. جڑا جڑا نبی پاک دے آلے بیت وے چاہ گیا, قرآن دے قیم دے مطابق, حدیث دے قیم دے مطابق, نبی پاک دے آلے بیت وے چاہیا, او تن پاک ہے. 39 پہلا گنے جے, ایک اور شامل کر لو 40, اور صرف 5 تن پاک نہیں 40 تن پاک نے. اگر تو 5 تن پاک کمے گا پھر تو ایس حدیث ابو داؤد دا منکر ہوئے گا. اگر 5 تن پاک کمے گا سنن ترمذی دا منکر ہوئے گا. اگر 5 تن پاک کمے گا قرآن پاک دی آتاں دا منکر ہوئے گا. صرف 5 تن پاک نہیں بلکہ پیغمبر دے اہل بیت دے 40 تن گنوائے نے, 40 تن پاک. اجے وی گل نہیں مکی. ہن مسلم دی حدیث سنو, نبی رحمت مکہ مکرمہ تو مدینے والا رے راہ وچ اک جگہ آئی خم, اینو خم وی پڑھ لیندے نے, خم. خم تو بار مثلا تہاڈا گلہ والا پنڈ ہے نا, اے بارے دا رقبہ ہے. رقبے وے ٹوئے جتھے برساتی پانی جمع ہوئے, تے ٹویاں دے کناریاں تے کھا نڑو اگ پوے. انہاں ٹویاں نو عربی زبان چ کہندے نے غدیر, غائن دار یا را غدیر, غدیر خم, غدیر خم. غدیر کو خاص جگہ نہیں, ساڈے علاقے دے ٹوئے وی غدیراں نے, خم جگہ ہے غدیر خم.
ਉੱਥੇ ਨਬੀ ਪਾਕ ਨੇ ਪੜਾਉ ਡਾਲਿਆ ਤਾਂ ਕਿ ਬਰਸਾਤੀ ਪਾਣੀ ਅੱਛਾ ਪਾਣੀ ਹੈ, ਅਸੀਂ ਪੀਨੇ ਆ, ਸਵਾਰੀਆਂ ਨੂੰ ਪਿਲਾਨੇ ਆ, ਤਾਂ ਦਾਦਾ ਮੌਕੇ ਅੱਗੇ ਚੱਲਾਂਗੇ। ਉੱਥੇ ਮੇਰੇ ਪੈਗੰਬਰ ਨੇ ਖੁਤਬਾ ਇਰਸ਼ਾਦ ਫਰਮਾਇਆ, ਅਯੂ ਖੰਨਾਸ ਇਨਮਾ ਅਨ ਬਸ਼ਰੁਨ। ਇਹ ਲੋਕੀ ਖੁਤਬਾ ਪੂਰਾ ਨਹੀਂ, ਹਦੀਸ਼ ਪੂਰੀ ਨਹੀਂ ਜੇ ਪੜ੍ਹਦੇ, ਡੰਡੀ ਮਾਰਦੇ ਜਾਂਦੇ, ਕਈ ਪਹਿਲਾ ਹਿੱਸਾ ਛੱਡ ਜਾਂਦੇ ਨੇ, ਇਨਾ ਮਾ ਨਾ ਬਾਸ਼ਾਰੁਨ ਇਹ ਛੱਡ ਜਾਂਦੇ ਨੇ, ਇਹ ਨਹੀਂ ਪੜ੍ਹਦੇ, ਕਈ ਅਗਲਾ ਹਿੱਸਾ ਛੱਡ ਜਾਂਦੇ ਨੇ, ਦਰਮਿਆਨ ਚੋਂ ਦੋ ਲਫ਼ਜ਼ ਸੁਣਿਆ ਜੇ ਸਾਰੀ ਹਦੀਸ। ਨਬੀ ਪਾਕ ਇਸਲਾਮ ਫਰਮਾਉਂਦੇ ਨੇ, ਮੈਂ ਵੀ ਇੱਕ ਬਸ਼ਰਾ ਯੂਸ਼ਕੋ ਅਈਆ ਤੇ ਯਾ ਰਸੂਲ ਰੱਬੀ ਫਾਓ ਜੀਬੋ ਅਨ ਕਰੀ, ਮੇਰੇ ਕੋਲ ਅੱਲਾਹ ਦਾ ਫਰਿਸ਼ਤਾ ਪੈਗਾਮ ਲਿਆਉਣ ਵਾਲਾ ਪੈਗਾਮ ਮੌਤ ਦਾ ਲੈ ਕੇ ਆਏਗਾ, ਜਿਵੇਂ ਬਸ਼ਰਾ ਤੇ ਮੌਤ ਆਉਂਦੀ ਹੈ ਮੈਂ ਵੀ ਬਸ਼ਰਾ ਮੇਰੇ ਤੇ ਟਾਈਮ ਆਏਗਾ। ਫਰਮਾਇਆ ਤਰਕ ਤੌਫੀਕੋ ਮਸਾਕਾ ਲਈ, ਮੈਂ ਤੁਹਾਡੇ ਵੇ ਦੋ ਚੀਜ਼ਾਂ ਛੱਡ ਚੱਲਿਆ ਵਾਂ, ਕਿਤਾਬੁੱਲਾ ਫੀ ਹਿਲ ਖੁਦਾ ਨੂਰ, ਇਹ ਕੱਲਾ ਦੀ ਕਿਤਾਬ, ਇਹ ਕਿਤਾਬੁੱਲਾ ਤੋਂ ਮੁਰਾਦ ਕੱਲਾ ਕੁਰਾਨ ਨਹੀਂ, ਬੁਖਾਰੀ ਦੇ ਮੁਤਾਬਕ ਕਿਤਾਬੁੱਲਾ ਤੋਂ ਮੁਰਾਦ ਕੁਰਾਨ ਤੇ ਹਦੀਸ ਹੈ, ਇਹ ਦੋ ਫਰਮਾਇਆ ਕੁਰਾਨ ਤੇ ਹਦੀਸ ਛੱਡ ਚੱਲਿਆ। ਜਦੋਂ ਤੁਸਾਂ ਹਦਾਇਤ ਲੱਭਣੀ ਹੈ, ਇਮਾਨ ਮਸਲੇ ਲੱਭਣੇ ਨੇ, ਕਿਤਾਬੁੱਲਾ ਯਾਨੀ ਕੁਰਾਨ ਹਦੀਸ ਚੋਂ। ਦੂਜੇ ਨੰਬਰ ਤੇ ਫਰਮਾਇਆ ਵਾ ਅਖਲੋ ਬੈਤੀ ਉਹ ਜ਼ਕੇ ਰੋਕੁਮੁੱਲਾ ਫੀ ਅਖਲੇ ਬੈਤੀ, ਮੈਂ ਤੁਹਾਨੂੰ ਆਪਣੇ ਆਲੇ ਬੈਤ ਦੇ ਬਾਰੇ ਅੱਲਾ ਦਾ ਵਾਸਤਾ ਦੇ ਨਾਲ ਅੱਲਾ ਤੋਂ ਡਰਾਨਾ, ਮੇਰੇ ਹਲੇ ਬੈਤ ਦੀ ਇੱਜ਼ਤ ਕਰੇ ਆ ਜੇ ਇੱਜ਼ਤ। ਹੁਣ ਹਜ਼ਰਤ ਸ਼ੈਦ ਬਿਨ ਅਰਕਮ ਇਸ ਹਦੀਸ ਤੇ ਰਾਵੀ ਨੇ, ਜਦੋਂ ਉਹਨਾਂ ਨੇ ਹਦੀਸ ਪੇਸ਼ ਕੀਤੀ ਤੇ ਸ਼ਾਗਿਰਦਾਂ ਨੇ ਪੁੱਛਿਆ, ਹਜ਼ਰਤ ਜੀ ਆਲੇ ਬੈਤ ਤੋਂ ਮੁਰਾਦ ਕੌਣ ਨੇ, ਕਿਆ ਨਬੀ ਪਾਕ ਦੀਆਂ ਬੀਵੀਆਂ ਆਲੇ ਬੈਤ ਨਹੀਂ? ਫਰਮਾਇਆ ਉਹ ਤੇ ਹੈ ਹੀ ਹੈ ਨੇ, ਲੇਕਿਨ ਉਹ ਵੀ ਆਲੇ ਬੈਤ ਨੇ ਜਿਨ੍ਹਾਂ ਤੇ ਸਦਕਾ ਹਰਾਮ ਹੋਇਆ। ਹਜ਼ਰਤ ਤੋਂ ਕਿਹੜੇ ਨੇ? ਫਰਮਾਇਆ ਉਹ ਆਲੇ ਅਲੀ ਨੇ, ਆਲੇ ਅੱਬਾਸ ਨੇ, ਆਲੇ ਅਕੀਲ ਨੇ, ਆਲੇ ਜਾਫਰ ਨੇ। ਹੁਣ ਮੇਰੇ ਪੈਗੰਬਰ ਦੀ ਹਦੀਸ ਦੇ ਮੁਤਾਬਿਕ, ਕੁਰਾਨ ਦੇ ਮੁਤਾਬਿਕ 40 ਮੈਂ ਤਨ ਪਹਿਲਾਂ ਗਣਵਾਏ ਨੇ, 40 ਤਨ ਪਾਕ, ਫਿਰ ਆਲੇ ਅੱਬਾਸ ਦੇ ਤਨ ਪਾਕ, ਆਲੇ ਅਲੀ ਤਨ ਪਾਕ, ਆਲੇ ਉਹ ਜਾਫਰ ਤਨ ਪਾਕ, ਆਲੇ ਅਕੀਲ ਤਨ ਪਾਕ, ਉਹ ਸਿਰਫ 5 ਤਨ ਪਾਕ ਨਹੀਂ ਬਲਕਿ ਪੈਗੰਬਰ ਦੇ ਆਲੇ ਬੈਤ ਜਿਤਨੇ ਨੇ ਸਾਰੇ ਤਨ ਪਾਕ ਨੇ। ਅਗਰ 5 ਤਨ ਪਾਕ ਕਵੇਗਾ ਸਹੀ ਮੁਸਲਿਮ ਦੀ ਹਦੀਸ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਵੇਗਾ ਸੁਨਨ ਨਬੀ ਦਾਊਦ ਦੀ ਹਦੀਸ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਵੇਗਾ ਸੁਨਨ ਤਿਰਮਜ਼ੀ ਦੀ ਹਦੀਸ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਵੇਗਾ ਬੁਖਾਰੀ ਦੀਆਂ ਦੋ ਹਦੀਸਾਂ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਵੇਗਾ ਸੂਰਤ ਅਹਜ਼ਾਬ ਦੀਆਂ ਦੋ ਆਇਤਾਂ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਵੇਗਾ ਸੂਰਤ ਹੂਦ ਦੀਆਂ ਦੋ ਆਇਤਾਂ ਦਾ ਇਨਕਾਰ ਹੋਏਗਾ, ਅਗਰ 35 ਪਾਕ ਕਰੇਗਾ ਕੁਰਾਨ ਦਾ ਮੁਨਕਰ ਹੋ ਕੇ ਮਰੇਗਾ, ਹਦੀਸ ਦਾ ਮੁਨਕਰ ਹੋ ਕੇ ਮਰੇਗਾ। ਸਿਰਫ 5 ਤਨ ਪਾਕ ਨਹੀਂ, ਨਬੀ ਦੇ ਅਹਲੇ ਬੈਤ ਦੇ ਸਾਰੇ ਤਨ ਪਾਕ ਨੇ। ਜ਼ਿੰਦਗੀ ਰਹੀ, ਬਾਕੀ ਗੱਲਾਂ ਫਿਰ, ਅਜੇ ਮੈਂ ਮਜ਼ਮੂਨ ਸ਼ੁਰੂ ਕੀਤਾ, ਬਾਕੀ ਗੱਲਾਂ ਫਿਰ, ਚੂੰਕਿ ਟਾਈਮ ਕਾਫੀ, ਅੱਲਾ ਤੁਹਾਨੂੰ ਬਰਕਤ ਦੇ, ਤੁਸੀਂ ਹੁਣ ਤੱਕ ਕਾਨਫਰੰਸ ਅੰਦਰ ਬੈਠੇ ਹੋ, ਪਸਰੂ ਸਾਹਿਬ ਦਾ ਮੁਫਸਲ ਖਿਤਾਬ ਸੁਣੋ, ਆਖਿਰੋ ਦਾਵਾਨਾ ਅਲਹਮਦੁਲਿਲਾਹ।